ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਐਨ ਕੇ ਸਾਂਧੀ ਨੇ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੀ ਅਦਾਲਤ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਅਦਾਲਤ 'ਚ ਤਰੀਕ ਭੁਗਤਣ ਆਏ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਕੇ ਅਦਾਲਤ ਦੀ ਸਥਿਤੀ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਐਨ ਕੇ ਸਾਂਧੀ ਨੇ ਦੱਸਿਆ ਕਿ ਸਾਲ 'ਚ ਇੱਕ ਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਵੱਖ ਵੱਖ ਅਦਾਲਤਾਂ 'ਚ ਦੌਰਾ ਕੀਤਾ ਜਾਂਦਾ ਹੈ। ਇਸ ਦੌਰੇ ਦੌਰਾਨ ਅਦਾਲਤਾਂ ਦੀਆਂ ਸਮੱਸਿਆਵਾਂ ਬਾਰੇ ਜਾਇਜ਼ਾ ਲੈ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮੌਕੇ ਉਹਨਾਂ ਵਕੀਲਾਂ ਨਾਲ ਵੀ ਮੀਟਿੰਗ ਕੀਤੀ। ਉਹਨਾਂ ਭਰੋਸਾ ਦਿੱਤਾ ਹੈ ਕਿ ਮੋਗਾ ਦੀ ਨਵੀਂ ਅਦਾਲਤ ਲਈ ਛੇਤੀ ਹੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ। ਮੇਰੀ ਵਿਜ਼ਿਟ ਕਾ ਐਨੁਅਲ ਇੰਸਪੈਕਸ਼ਨ ਹਮਾਰੇ ਯਹਾਂ ਸਿਸਟਮ ਹੈ ਬਹੁਤ ਪੁਰਾਣਾ ਕਿ ਸਾਲ ਮੇਂ ਐਟਲੀਸਟ ਇੱਕ ਦਫ਼ਾ ਇੱਕ ਹਾਈਕੋਰਟ ਜੱਜ ਇੱਕ ਸੈਸ਼ਨ ਡਿਵੀਜ਼ਨ ਪੇ ਜਾਏ ਵਹਾਂ ਪੇ ਲਿਟੀਗੇਂਟਸ ਕੇ ਅੰਦਰ ਜੋ ਮਿਲ ਕੇ ਉਨਕੀ ਤਕਲੀਫੇ ਹੈ ਉਨਕੋ ਪ੍ਰੈਕਟੀਕਲ ਡਿਫੀਕਲਟੀਜ਼ ਕੋ ਜਾਣੇ ਹਮਾਰੇ ਜੋ ਹਾਈਕੋਰਟ ਸੇ ਨਿਯੁਕਤ ਯਹਾਂ ਪੇ ਆਫਿਸਰਸ ਹੈ ਉਨਕੀ ਤਕਲੀਫੋਂ ਕੋ ਜਾਣੇ ਜੋ ਕਰਮਚਾਰੀ ਯਹਾਂ ਪੇ ਨਿਯੁਕਤ ਹੈ ਉਨਕੇ ਬਾਰੇ ਮੇਂ ਸਾਰੀ ਚੀਜ਼ ਪ੍ਰਾਪਤ ਕਰੇ ਕਿ ਵੀ ਕੈਸਾ ਠੀਕ ਚੱਲ ਰਿਹਾ ਹੈ ਗਲਤ ਚੱਲ ਰਿਹਾ ਹੈ ਔਰ ਬਾਕੀ ਓਵਰਆਲ ਸਿਚੁਏਸ਼ਨ ਵੀ ਦੇਖੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।